ਇਸ ਨੂੰ ਜ਼ਰੂਰ ਧਿਆਨ ਨਾਲ ਸੁਣਨਾ ਮੇਰੀਆਂ ਜਿਹਦੇ ਚ ਪਹਿਲੀ ਚੀਜ਼ ਜਿਹੜੀ ਹੈ ਕੋਈ ਵੀ ਕੰਮ ਤੁਸੀਂ ਪਹਿਲੀ ਵਾਰ ਕਰਨਾ ਹੈ ਨਾ ਆਪਣੇ ਅਪਲਾਈ ਨੂੰ ਇੱਕ ਵਾਰ ਪੁੱਛ ਲੈਣਾ ਸੰਦੀਪ ਜੀ ਤੋਂ ਪੁੱਛ ਲੈਣਾ ਕਈ ਵਾਰ ਆਪਾਂ ਗਲਤੀ ਪਤਾ ਕੀ ਕਰਦੇ ਆ ਜੀ ਆਪਾਂ ਘਰ ਦੇ ਬਾਹਰ ਸੋਚਦੇ ਆ ਕਿ ਇੱਕ ਬੋਰਡ ਲਗਾ ਦਈਏ ਕਿ ਯਹਾਂ ਪਰ ਐਮਬੀਏ ਦੇ ਪ੍ਰੋਡਕਟਸ ਮਿਲਤੇ ਹਨ ਜਾਂ ਦੁਕਾਨ ਤੇ ਸਜਾ ਦਈਏ ਸਮਾਨ ਸਾਰਾ ਤੇ ਸਾਨੂੰ ਲੱਗਦਾ ਕਿ ਲੋਕ ਆਣਗੇ ਸਾਡੇ ਕੋਲੇ ਔਰ ਆ ਕੇ ਕਹਿਣਗੇ ਜੀ ਸਾਨੂੰ ਐਮਬੀਏ ਦਾ ਦੇ ਦੋ ਸਾਨੂੰ ਆਹ ਦੇ ਦੋ ਸਾਨੂੰ ਆਹ ਦੇ ਦੋ ਆ ਗਲਤੀ ਨਾ ਕਰਨਾ ਪਲੀਜ਼ ਇਹ ਅਲਾਉਡ ਨਹੀਂ ਹੈਗਾ ਅਗਰ ਤੁਸੀਂ ਘਰ ਦੇ ਬਾਹਰ ਲਿਖ ਕੇ ਲਗਾ ਦਿਨੋ ਐਮਬੀ ਦਾ ਸਮਾਨ ਯਹਾਂ ਕੋ ਮਿਲਤਾ ਹੈਗਾ ਇਹ ਬੇਸਿਕਲੀ ਐਮਬੀ ਵੱਲੋਂ ਅਲਾਉਡ ਨਹੀਂ ਹੈ ਕਿਉਂਕਿ ਕੋਈ ਵੀ ਬੰਦਾ ਕੰਪਲੀਟ ਕਰ ਸਕਦਾ ਔਰ ਐਮਬੀ ਤੁਹਾਡਾ ਡਿਸਟ੍ਰੀਬਿਊਟਰਸ਼ਿਪ ਕੈਨਸਲ ਕਰ ਸਕਦੀ ਹੈ ਦੁਕਾਨਾਂ ਦੇ ਉੱਤੇ ਵੀ ਤੁਸੀਂ ਸਜਾ ਕੇ ਨਹੀਂ ਰੱਖ ਸਕਦੇ ਸਮਾਨ ਅੰਡਰ ਕਾਊਂਟਰ ਦੇ ਅੰਦਰ ਰੱਖ ਸਕਦੇ ਹੋ ਔਰ ਕੋਈ ਇਨਸਾਨ ਅਗਰ ਆਂਦਾ ਹੈ ਉਹ ਤੁਹਾਡੇ ਤੋਂ ਮੰਨ ਲਓ ਕੋਈ ਚੀਜ਼ ਮੰਗਦਾ ਹੈ ਹਨਾ ਔਰ ਸਾਬਣ ਮੰਗਦਾ ਤੁਸੀਂ ਉਹਨੂੰ ਕਹਿੰਦੇ ਯਾਰ ਸਾਡੇ ਕੋਲ ਇੱਕ ਬਹੁਤ ਅੱਛਾ ਸੋਪ ਹੈ ਤੁਸੀਂ ਟ੍ਰਾਈ ਕਰ ਸਕਦੇ ਹੋ ਫੇਰ ਕਾਊਂਟਰ ਦੇ ਥੱਲੋਂ ਕੱਢ ਕੇ ਤੁਸੀਂ ਉਹਨੂੰ ਦਿਖਾ ਸਕਦੇ ਹੋ ਸਜਾਣਾ ਨਹੀਂ ਪਲੀਸ ਇਹ ਗਲਤੀ ਨਹੀਂ ਕਰਨੀ ਹੈਨਾ ਸੈਕਿੰਡ ਜਿਹੜਾ ਕੰਮ ਹੈ ਕਈ ਵਾਰ ਸਾਨੂੰ ਇਹ ਲੱਗਦਾ ਹੈ ਕਿ ਮੋਬਾਈਲ ਦਾ ਸਾਡਾ ਗਰੁੱਪ ਬਣਿਆ ਹੋਇਆ ਹੈ ਉਹਦੇ 'ਚ 50 ਜਣੇ ਹੈਗੇ ਆ ਆਪਾਂ ਕਈ ਵਾਰ ਉਹਦੇ 'ਚ ਮੈਸੇਜ ਪਾ ਦਿੰਨੇ ਆ ਕਿ ਅਗਰ ਆਪਕੋ ਐਮਵੀਪੀ ਪ੍ਰੋਡਕਟ ਦੀ ਜ਼ਰੂਰਤ ਹੈ ਤਾਂ ਆਪ ਹਮਸੇ ਕੰਟੈਕਟ ਕਰੋ బిਗੇਸਟ ਮਿਸਟੇਕ ਹੈ ਗਲਤੀ ਨਾ ਕਰ ਲੈਣਾ ਉਹ 50 ਜਣਿਆਂ ਦੇ ਵਿੱਚੋਂ ਅਗਰ 4 ਜਣੇ ਵੀ ਨੈਗੇਟਿਵ ਹੈ ਨਾ ਉਹਨਾਂ ਨੇ 46 ਬੰਦਿਆਂ ਨੂੰ ਖਰਾਬ ਕਰ ਦੇਣਾ ਗਲਤੀ ਨਾ ਕਰਨਾ ਇੰਡੀਵਿਜੂਅਲ ਕਿਸੇ ਨੂੰ ਕਹਿ ਸਕਦੇ ਹੋ ਜਿੱਦਾਂ ਮੈਂ ਤਾਂ ਤੁਹਾਨੂੰ ਕਿਹਾ ਐਮਬੀ ਦਾ ਨਾਮ ਵੀ ਨਹੀਂ ਲੈਣਾ ਕਦੋਂ ਲੈਣਾ ਨਾਮ ਜਦੋਂ ਆਪਾਂ ਡੈਮੋ ਦਿਖਾਨੀ ਹੈ ਸੋ ਤੁਸੀਂ ਇਹ ਛੋਟੀ ਛੋਟੀ ਗਲਤੀਆਂ ਅਸੀਂ ਕਰਦੇ ਆਂ ਅੱਛਾ ਇਹ ਗਲਤੀਆਂ ਮੈਂ ਕੀਤੀਆਂ ਹੋਈਆਂ ਤੁਸੀਂ ਨਾ ਕਰਨਾ ਪਲੀਜ਼ ਔਰ ਮੈਨੂੰ ਇਹਦਾ ਨੁਕਸਾਨ ਹੋਇਆ ਰਾਈਟ ਸੋ ਇਹ ਛੋਟੀ ਛੋਟੀ ਚੀਜ਼ਾਂ ਨਾ ਕਈ ਵਾਰ ਅਸੀਂ బిਗੇਸਟ ਮਿਸਟੇਕ ਕਰਦੇ ਆਂ ਮੈਂ ਤੁਹਾਨੂੰ ਅਸਲੀ ਦੱਸ ਰਿਹਾ ਕਿ ਕਈ ਵਾਰ ਸਾਨੂੰ ਇਹ ਤਾਂ ਪਤਾ ਹੁੰਦਾ ਸੀ ਕੀ ਕਰਨਾ ਪਰ ਸਾਨੂੰ ਕਈ ਵਾਰ ਇਹ ਨਹੀਂ ਪਤਾ ਹੁੰਦਾ ਸੀ ਕੀ ਨਹੀਂ ਕਰਨਾ ਰਾਈਟ ਕਈ ਵਾਰ ਇੱਕ ਹੋਰ ਬੜੀ ਵੱਡੀ ਮਿਸਟੇਕ ਕਰ ਦਿੰਨੇ ਆ ਅਸੀਂ ਅਸੀਂ ਉਧਾਰ ਬੜਾ ਚੀਜ਼ਾਂ ਦੇ ਦਿੰਨੇ ਆ ਇਸ ਬਿਜ਼ਨਸ 'ਚ ਗਲਤੀ ਨਾ ਕਰ ਲੈਣਾ ਉਧਾਰ ਨਹੀਂ ਦੇਣਾ ਨੈਵਰ 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 ਨਾ ਉਧਾਰ ਲੈਣਾ ਨਾ ਉਧਾਰ ਦੇਣਾ ਇਹ ਇੱਕ ਗੱਠ ਬੰਨ ਲਓ ਜੀ ਅਗਰ ਦੂਸਰੇ ਕੰਮਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਅਸੀਂ ਉਧਾਰ ਨਹੀਂ ਕਰਦੇ ਸਾਡੀ ਦੁਕਾਨ ਤਾਂ ਨਹੀਂ ਚੱਲਦੀ ਐਮ ਵੀ ਬਿਜ਼ਨਸ 'ਚ ਜੇ ਉਧਾਰ ਕਰਦੇ ਆ ਇਹ ਤਾਂ ਨਹੀਂ ਚੱਲਦਾ ਕੈਸ਼ ਰੱਖਣਾ ਮੰਨ ਲਓ ਤੁਹਾਡੇ ਤੋਂ ਕਿਸੇ ਨੇ ਪੇਸਟ ਲਿੱਤਾ ਤੁਸੀਂ ਪੇਸਟ ਦਿੱਤਾ ਹਨਾ ਤਾਨੂੰ ਲੱਗਦਾ ਯਾਰ ਮੈਂ ਮੰਗਾ ਕਿਵੇਂ ਪੈਸੇ ਮੰਗਣੇ ਬੜੇ ਔਖੇ ਆ ਉੱਥੇ ਤੁਸੀਂ ਕੁਝ ਗਲਤੀ ਨਾ ਕਰੋ ਪਰਚੀ ਕੱਢੋ ਪਰਚੀ ਤੇ ਜਸਟ ਅਮਾਉਂਟ ਲਿਖ ਕੇ ਪਰਚੀ ਉਹਦੇ ਅੱਗੇ ਕਰ ਦਿਓ ਮੰਗਣਾ ਨਹੀਂ ਪਹਿਲਾਂ ਨਾ ਬੋਲਣਾ ਨਹੀਂ ਪਏਗਾ ਪਰਚੀ ਛੋਟੀ ਜੀ ਅੱਗੇ ਕਰ ਦਿਓ ਉਹਦੇ ਤੋਂ ਔਰ ਇਮੀਡੀਏਟਲੀ ਉਸ ਤੋਂ ਸਮਾਨ ਦੇ ਪੈਸੇ ਮੰਗ ਲਓ ਜੇ ਤੁਸੀਂ ਸਮਾਨ ਦੇ ਪੈਸੇ ਨਾ ਮੰਗੇ ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਉਸ ਬੰਦੇ ਨੂੰ ਰਿਜ਼ਲਟ ਨਹੀਂ ਆਣਾ ਮੰਨ ਲਓ ਤੁਸੀਂ ਕਿਸੇ ਨੂੰ ਪੇਸਟ ਦਿੱਤਾ ਔਰ ਤੁਸੀਂ ਉਹਦੇ ਪੈਸੇ ਨਹੀਂ ਮੰਗੇ ਉਸ ਬੰਦੇ ਨੂੰ ਪਤਾ ਕੀ ਹੈ 15 ਦਿਨਾਂ ਬਾਅਦ ਮਹੀਨੇ ਬਾਅਦ ਉਹ ਬੰਦਾ ਹੋ ਸਕਦਾ ਤੁਹਾਡੇ ਨਾਲ ਸਾਡੇ ਨਾਲ ਪ੍ਰੈਕਟੀਕਲ ਹੋਇਆ ਉਹ ਹੋ ਸਕਦਾ ਅਗਲਾ ਤੁਹਾਨੂੰ ਕਹਵੇ ਜੀ ਮੈਨੂੰ ਮਜ਼ਾ ਜਾਂ ਨਹੀਂ ਆਇਆ ਹਾਂ ਜੇ ਤੁਸੀਂ ਪੈਸੇ ਲੈਂਦੇ ਹੋਣਗੇ ਮੈਂ ਦਾਅਵੇ ਨਾ ਕਹਣਾ ਉਹਨੂੰ ਬਹੁਤ ਮਜ਼ਾ ਆਵੇਗਾ ਰਾਈਟ ਸੋ ਇਹ ਗਲਤੀ ਨਾ ਕਰਨਾ ਉਧਾਰ ਨਹੀਂ ਕਰਨਾ ਇਸ ਬਿਜ਼ਨਸ ਦੇ ਵਿੱਚ ਰਾਈਟ ਸੋ ਇਹ ਛੋਟੀ ਛੋਟੀ ਚੀਜ਼ਾਂ ਦਾ ਧਿਆਨ ਰੱਖਣਾ ਐਂ ਦੂਸਰੀ ਚੀਜ਼ ਇੱਕ ਹੋਰ ਹੈ ਕੈਸ਼ ਹੈਂਡ ਕੈਰੀ ਰੱਖਣਾ ਜੀ ਮੰਨ ਲਓ ਤੁਸੀਂ ਆਪਣੇ ਅਪਲਾਈਨ ਤੋਂ ਕੋਈ ਸਮਾਨ ਲੈਂਦਾ ਹੈ ਉਹਨਦੇ ਪੈਸੇ ਇਮੀਡੀਏਟਲੀ ਦੇਨੇ ਆ ਤੁਸੀਂ ਇਮੀਡੀਏਟਲੀ ਉਧਾਰ ਨਹੀਂ ਕਰਨਾ ਇਵੇਂ ਹੀ ਤੁਸੀਂ ਆਪਣੀ ਡਾਊਨਲਾਈਨ ਨੂੰ ਅਗਰ ਕੋਈ ਸਮਾਨ ਦਿੱਤਾ ਹੈਗਾ ਉਸ ਤੋਂ ਵੀ ਪੈਸੇ ਇਮੀਡੀਏਟਲੀ ਮੰਗਨੇ ਉਧਾਰ ਨਹੀਂ ਕਰਨਾ ਬਿਲਕੁਲ ਨਹੀਂ ਕਿਉਂਕਿ ਉਧਾਰ ਵਾਲੇ ਬੰਦੇ ਇਸ ਬਿਜ਼ਨਸ ਦੇ ਵਿੱਚ ਚੱਲਦੇ ਨਹੀਂ ਹੈ ਜਿਆਦਾ دیر ਕੈਸ਼ ਇਨ ਕੈਰੀ ਰੱਖਣਾ ਔਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਗਾਈਡ ਕਰੂੰਗਾ ਐਮਵੀ ਦੇ ਪ੍ਰੋਡਕਟ ਦਾ ਇੱਕ ਗੱਲਾ ਲਗਾ ਲਓ ਰਾਈਟ 10000 ਰੁਪਏ ਦਾ ਮੰਨ ਲਓ ਤੁਸੀਂ ਸਮਾਨ ਲਿੱਤਾ ਉਹਨੂੰ ਡੱਬੇ 'ਚ ਪਾ ਲੋ ਔਰ ਉਹਦੇ ਲਈ ਇੱਕ ਗੱਲਾ ਲਗਾ ਲੋ ਉਹਦੇ 'ਚ ਉਸ ਡੱਬੇ 'ਚ ਜਿੰਨਾ ਵੀ ਸਮਾਨ ਨਿਕਲੇਗਾ ਉਹਦੇ ਪੈਸੇ ਉਸ ਗੱਲੇ 'ਚ ਪਾ ਲੇ ਗੱਲਾ ਜਾਂ ਬੁਗਨੀ ਜਾਂ ਪਿਗੀ ਬਾਕਸ ਜੋ ਵੀ ਆਪਾਂ ਵਰਡ ਯੂਜ਼ ਕਰਦੇ ਆਂ ਉਹਦੇ ਤੇ ਪਾਓ ਤਾਂ ਕਿ ਕਈ ਵਾਰ ਪਤਾ ਅਸੀਂ ਗਲਤੀ ਕੀ ਕਰਦੇ ਆਂ ਅਸੀਂ 10000 ਦਾ ਸਮਾਨ ਲਿੱਤਾ ਮੰਨ ਲਓ 10000 ਦੇ ਵਿੱਚੋਂ ਅਸੀਂ ਇੱਕ ਡੇਲੀ ਦੀ ਡੱਬੀ ਵੇਚਤੀ 2000 ਰੁਪਏ ਦੀ ਉਹ 2000 ਰੁਪਏ ਪਾ ਲੇ ਜੇਬ ਦੇ ਵਿੱਚ ਔਰ ਉਸ ਤੋਂ ਬਾਅਦ ਅਸੀਂ ਬਾਜ਼ਾਰ ਚਲੇ ਗਏ ਪੁਰ ਬਾਜ਼ਾਰ ਦੇ ਵਿੱਚ ਜਾ ਕੇ ਅਸੀਂ ਕੁਝ ਖਰੀਦ ਲਿਆ ਫਰੂਟ ਖਰੀਦ ਲਿਆ ਬੱਚਿਆਂ ਲਈ ਕਾਪੀਆਂ ਖਰੀਦ ਲੀਆਂ ਕਿਤਾਬਾਂ ਖਰੀਦ ਲੀਆਂ ਆਪਾਂ ਨੂੰ ਇਹ ਸ਼ਰਟ ਪਸੰਦ ਆ ਗਈ ਸ਼ਰਟ ਖਰੀਦ ਲਈ ਪਤਾ ਲੱਗਿਆ ਉਹ 2000 ਰੁਪਏ ਬਾਜ਼ਾਰ ਚ ਖਰਚ ਕਰਿਆ ਹੋਇਆ ਕੀ 10000 ਦਾ ਸਮਾਨ ਐਮਵੀ ਦਾ ਲਿੱਤਾ ਸੀ ਖਰਚ ਵੇਚਦਾ ਸਮਾਨ 10000 ਰੁਪਏ ਜੇਬ ਚ ਪਾ ਕੇ ਖਰਚ ਵੀ ਕਰਤਾ ਫਿਰ ਪਤਾ ਕੀ ਲੱਗਦਾ ਬੰਦੇ ਨੂੰ ਐਮਵੀ ਚ ਮੈਂ 10000 ਲਾਇਆ ਸੀ ਪਤਾ ਨਹੀਂ ਕਿੱਧਰ ਚਲਾ ਗਿਆ ਸੋ ਇਹ ਮਿਸਟੇਕ ਨਾ ਕਰਨਾ ਬਿਕੋਜ਼ ਇਹਦੇ ਲਈ ਇੱਕ ਬਕਾਇਦਾ ਇੱਕ ਗੱਲਾ ਲਗਾਣਾ ਇੱਕ ਪਰਸ ਲਗਾਣਾ ਇਹਦੇ ਪੈਸੇ ਉੱਥੇ ਹੀ ਜਾਣੇ ਚਾਹੀਦੇ ਹੈ ਹਨਾ ਔਰ ਲੋਕ ਕਹਿੰਦੇ ਬਖਸ਼ੀ ਜੀ ਯਾਰ ਇਹ ਸਾਨੂੰ ਤਾਂ ਕਿਸੇ ਨੇ ਦੱਸੀ ਨਹੀਂ ਗੱਲ ਸਾਨੂੰ ਵੀ ਨਹੀਂ ਦੱਸੀ ਸੀ ਅਸੀਂ ਇਹ ਗਲਤੀ ਕੀਤੀ ਤੁਸੀਂ ਨਾ ਕਰਨਾ ਪਲੀਜ਼ ਬਿਕੋਜ਼ ਤੁਹਾਡੇ ਬਿਜ਼ਨਸ ਦੀ ਹੈ ਜੇ ਸ਼ੁਰੂਆਤ ਹੈ ਸ਼ੁਰੂਆਤ ਦੇ ਵਿੱਚ ਹੀ ਅਗਰ ਤੁਸੀਂ ਅਕਾਊਂਟ ਸਹੀ ਮੇਨਟੇਨ ਕਰ ਲੋਗੇ ਮੈਂ ਤੁਹਾਨੂੰ ਗਾਰੰਟੀ ਨਾ ਕਹਿ ਸਕਦਾ ਤੁਹਾਡਾ ਬਿਜ਼ਨਸ ਬਹੁਤ ਸੋਲਿਡ ਔਰ ਬਹੁਤ ਰੌਕਿੰਗ ਹੋਏਗਾ ਔਰ ਤੀਸਰੀ ਚੀਜ਼ ਹੈ ਕਦੀ ਕਿਸੇ ਦੀ ਈਗੋ ਹਿੱਟ ਨਾ ਕਰਨਾ ਸਭ ਨੂੰ ਰਿਸਪੈਕਟ ਦੇਣੀ ਹੈ ਜੀ ਕਹਿਣਾ ਕਿਉਂਕਿ ਇੰਡੀਆ ਦੇ ਵਿੱਚ ਤਾਂ ਆਪਣੇ ਬਿਸਕਟ ਦੇ ਪਿੱਛੇ ਵੀ ਜੀ ਲੱਗਦਾ ਰਾਈਟ ਆਪਾਂ ਤਾਂ ਬੰਦੇ ਦੇ ਪਿੱਛੇ ਜੀ ਲਗਾਣਾ ਹੈ ਰਾਈਟ ਸੋ ਇਟਸ ਵੈਰੀ ਇੰਪੋਰਟੈਂਟ ਹੈ ਨਾ ਪਰਲੇ ਜੀ ਇਦਾਂ ਹੀ ਬੰਦੇ ਦੇ ਪਿੱਛੇ ਜੀ ਲਗਾਣਾ ਹੈ ਈਗੋ ਨਹੀਂ ਕਿਸੇ ਦੀ ਹਿੱਟ ਕਰਨੀ ਔਰ ਕਦੀ ਵੀ ਕਿਸੇ ਦੇ ਪੈਸੇ ਨਾਲ ਖਿਲਵਾੜ ਨਹੀਂ ਕਰਨਾ ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਹੈਗਾ ਹੈ ਨਾ ਕੈਸ਼ ਲੈਣਾ ਹੈ ਕੈਸ਼ ਦੇਣਾ ਹੈ ਐਂਡ ਤੀਸਰੀ ਚੀਜ਼ ਜਿਹੜੀ ਹੈਗੀ ਹੈ ਹੈ ਨਾ ਕਦੀ ਵੀ ਆਪਣੇ ਬਿਜ਼ਨਸ ਇਟਸ ਅ ਫੈਮਲੀ ਬਿਜ਼ਨਸ ਆਪਣੇ ਬਿਜ਼ਨਸ ਦੇ ਵਿੱਚ ਆਪਣੀ ਵਾਈਫ ਨੂੰ ਛੱਡ ਕੇ ਬਾਕੀ ਜਿੰਨੀਆਂ ਲੇਡੀਆਂ ਐ ਸਾਰੀਆਂ ਲੇਡੀਆਂ ਆਪਣੀਆਂ ਸਿਸਟਰ ਐ ਸਾਰੀਆਂ ਲੇਡੀਆਂ ਜਿਹੜੀਆਂ ਅਗਰ ਬਹੁਤ ਛੋਟੀ ਐ ਤਾਂ ਬੇਟੀ ਦੇ ਸਮਾਨ ਐ ਔਰ ਅਗਰ ਬਹੁਤ ਜ਼ਿਆਦਾ ਵੱਡੀ ਏਜ ਐ ਤੇ ਮਦਰ ਦੇ ਸਮਾਨ ਐ ਕੋਈ ਵੀ ਲੇਡੀਆਂ ਸਨਾ ਤੁਹਾਡੀ ਵਾਈਫ ਨੂੰ ਛੱਡ ਕੇ ਸਭ ਸਿਸਟਰ ਐ ਬਿਕੋਜ਼ ਇਟਸ ਅ ਫੈਮਲੀ ਬਿਜ਼ਨਸ ਹਨਾ ਇਹਦੇ 'ਚ ਆਪਾਂ ਕਦੀ ਕੈਰੈਕਟਰ ਕਿਸੇ ਦਾ ਖਰਾਬ ਨਹੀਂ ਹੋਣ ਦਿੰਦੇ ਕਦੀ ਕਿਸੇ ਦਾ ਕੈਰੈਕਟਰ ਖਰਾਬ ਵਾਲੇ ਬੰਦੇ ਨੂੰ ਆਪਾਂ ਆਪਣੇ ਗਰੁੱਪ ਦੇ ਵਿੱਚ ਸ਼ਾਮਿਲ ਨਹੀਂ ਕਰਦੇ ਹਨਾ ਸੇਮ ਜੈਂਟਸ ਵੀ ਜਿਹੜੇ ਆ ਉਹ ਸਾਰੇ ਬ੍ਰਦਰ ਦੇ ਸਮਾਨ ਨੇ ਤੋ ਇਹ ਛੋਟੀ ਛੋਟੀ ਚੀਜ਼ਾਂ ਸਾਨੂੰ ਨਾ ਇਸ ਬਿਜ਼ਨਸ ਦੇ ਵਿੱਚ ਸਿੱਖਣ ਨੂੰ ਮਿਲੀਆਂ ਤਾਂ ਹੀ ਸਾਡਾ ਫੇਥ ਜਾਗਿਆ ਔਰ ਸਾਨੂੰ ਲੱਗਿਆ ਕਿ ਯਾਰ ਇਸ ਬਿਜ਼ਨਸ ਨੂੰ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਇਹ ਬਿਜ਼ਨਸ ਬੜਾ ਸ਼ਾਨਦਾਰ ਹੈ ਬੜਾ ਵੰਡਰਫੁਲ ਬਿਜ਼ਨਸ ਹੈ ਆਨਲੱਪ ਵੇਖੇ ਇਸ ਬਿਜ਼ਨਸ ਦਾ ਮੈਂ ਤੁਹਾਨੂੰ ਸੱਚੀ ਦੱਸਾਂ ਹਜੇ ਹੈ ਇੰਡਸਟਰੀ ਸਿਰਫ ਤੇ ਸਿਰਫ